रही गल जो सुमेध सैनी जिन्हों मैं बहुत डरपोक किस्म का बंदा मानता। देखो सुमेध सैनी डरपोक क्यों है, यह तशद्दुद एक डरपोक बंदा ही करता, दलेर नहीं करता। दलेर 1.25 लाख नाल एक लड़ता है, जिहड़ा डरपोक है वह 1.25 लाख लैके कल्ले नाल लड़ता है। समझ रहे हो मेरी गल? हाँ जी, हाँ जी। सुमेध सैनी इनोसेंट बंदे नू चुकता है, हाँ। कल्ले नू उनू 20 जने यूज करके पुलिस दे टॉर्चर करवांदा है। ठीक। एक कमजोरी दी निशानी है, एक हैवानियत दी निशानी है। हैवान कदे दलेर नहीं होए। हाँ। ठीक है। और मेरे दे विच अजे भी मेरे च और आखरी साह तक इन्नी हिम्मत और एहो जा जज्बा है और रहूगा कि सुमेध सिंह सैनी वर्गे की हिम्मत नहीं हो सकती मैनू डराउण दी, मैनू धमकाउण दी या मैनू अप्रोच करन दी। और तुहाडी चैनल राही भी मैसेज दे रहे हैं, जे तुहाडे दर्शकां चो कोई उहनू जाणदा भी है सुमेध सैनी नू, उहदे नेड़े भी है, तो मोस्ट वेलकम ट्राई कर लिओ ताकि मेरा भी वहम निकल जाए, तुहाडे दर्शकां का भी निकल जाए और सुमेध सैनी दे जे किसे बंदे दा जे डाउट बचिया है वह भी अपना कर लो। ਬਹੁਤ ਵਧੀਆ ਗੱਲ ਤੇ ਆਪਣੇ ਪ੍ਰਦੀਪ ਜੀ, ਜਿੱਦਾਂ ਜਿਹੜਾ ਬਲਵੰਤ ਸਿੰਘ ਮੁਲਤਾਨੀ ਸੀ ਇਹਨੂੰ ਚੱਕਿਆ ਕਿਉਂ ਗਿਆ ਸੀ, ਕਸੂਰ ਕੀ ਸੀ ਇਹਨੂੰ, ਮਤਲਬ ਕਿਸ ਵਜ੍ਹਾ ਨਾਲ ਜਾਂ ਮਤਲਬ ਇਹਨਾਂ ਦਾ ਕਸੂਰ? ਜੇ ਸੁਮੇਧ ਸਿੰਘ ਸੈਣੀ ਨੇ ਕਦੇ ਸਹੀ ਤਫਤੀਸ਼ ਕੀਤੀ ਹੋਵੇ ਤਾਂ ਉਹ ਦੱਸੇ। ਜਿਹੜੇ ਬੰਦੇ ਨੇ ਧੱਕੇ ਨਾਲ ਹੀ ਚੁੱਕ ਲੈਣਾ ਫਲਾਨਾ ਉਹਨੂੰ ਜਾਣਦਾ ਹੋਊ, ਫਲਾਨਾ ਉਹਨੂੰ ਜਾਣਦਾ ਹੋਊ, ਹਾਈਪੋਥੈਟੀਕਲੀ ਬੰਦੇ ਚੁੱਕਣੇ, ਅੰਨੇਵਾਹ ਚੁੱਕਣੇ, ਇਨੋਸੈਂਟ ਚੁੱਕਣੇ ਹੈ, ਤੇ ਫਿਰ ਤਾਂ ਕੋਈ ਲੌਜਿਕ ਥੋੜੀ ਹੈ। ਇਹਨੇ ਅੱਗੇ ਕਿਹੜਾ ਕੋਈ ਰੀਜ਼ਨ ਬੇਸਡ ਕੰਮ ਕੀਤਾ? ਕਦੇ ਕਿਸੇ ਦਾ ਨਾਂ ਪਾ ਦਿਓ, ਕਦੇ ਕਿਸੇ ਦਾ ਕੱਢ ਦਿਓ, ਚੁੱਕ ਲਿਆ ਤੇ ਟੋਰਚਰ ਕਰ ਲਓ। ਹੁਣ ਮੈਨੂੰ ਦੱਸੋ ਟੋਰਚਰ ਵੀ ਕੀ ਕੀਤਾ ਕਿ ਡੰਡਾ ਪਿੱਛੇ ਦੇ ਕੇ ਠੁੱਡਾ ਮਰਵਾਈਆਂ? ਮਤਲਬ ਸੁਣ ਕੇ ਰੌਂਗਟੇ ਖੜੇ ਹੁੰਦੇ ਆ, ਸੁਣ ਕੇ ਸ਼ਰਮ ਆਉਂਦੀ ਹੈ ਕਿਹੋ ਜਿਹਾ ਕਰਵਾਇਆ, ਇਹਨੂੰ ਸੰਗ ਨੀ ਆਈ ਕਿਹੋ ਜਿਹੀ, ਇਹਨੂੰ ਮਤਲਬ ਦਰਦ ਨੀ ਹੋਇਆ? ਇੰਨਾ ਮਤਲਬ ਜ਼ਾਲਿਮ ਇਨਸਾਨ ਜਿਹੜਾ ਜਿੱਦਾਂ ਇਹ ਕੰਮ ਕਰ ਸਕਦਾ ਜੇ ਆਪਣੇ ਜਟਾਣੇ ਦੇ ਪਰਿਵਾਰ ਨੂੰ ਅੱਗ ਦੇ ਵਿੱਚ, ਮਤਲਬ ਇਹੋ ਜਿਹਾ ਜ਼ੁਲਮ ਦਾ ਬੱਚਿਆਂ ਨੂੰ ਫੂਕ ਸਕਦਾ, ਫੁਕਵਾ ਸਕਦਾ ਹੈ, ਉਹਨੂੰ ਮੈਂ ਕੀ ਕਵਾਂ ਫਿਰ? ਮਤਲਬ ਤੁਸੀਂ ਮੈਨੂੰ ਦੱਸੋ ਨਾ, ਇਹੋ ਜਿਹੇ ਘਟੀਆ ਬੰਦੇ ਨੂੰ ਇਹੋ ਜਿਹੇ ਹੈਵਾਨ ਵੀ ਸ਼ਰਮ ਖਾ ਜਾਣ ਇਹੋ ਜਿਹੇ ਨੂੰ ਦੇਖ ਕੇ? ਇਹੋ ਜਿਹੇ ਡੀਜੀ ਰਹੇ ਹੋ ਬਿਲਕੁਲ, ਔਰ ਇਹੋ ਜਿਹੇ ਕਿੰਨੇ ਪੁਲਿਸ ਵਾਲੇ ਹੋਣੇ, IPS ਅਫਸਰ ਹੋਣੇ ਜਿਹੜੇ ਇਹੋ ਜਿਹੇ ਘਟੀਆ ਨੂੰ ਆਪਣਾ ਗੁਰੂ ਮੰਨਦੇ ਹੋਣੇ। ਇਸ ਲਈ ਸੈਣੀ ਨੂੰ ਕਾਨੂੰਨੀ ਤੌਰ ਤੇ ਸ਼ਿਕੰਜਾ ਕੱਸ ਕੇ ਸਜ਼ਾ ਦਵਾਉਣਾ ਬਹੁਤ ਜ਼ਰੂਰੀ ਹੈ ਵਰਦੀਆਂ ਬੇਦਾਗ ਕਰਨ ਲਈ। ਬਹੁਤ ਬਹੁਤ ਜ਼ਰੂਰੀ ਹੈ ਜੀ। ਅਤੇ ਇਹ ਪਿੱਛੇ ਜੇ ਇੱਕ ਜਿੱਦਾਂ ਪਿੰਕੀ ਕੈਟ, ਜਿਹੜੇ ਪਿੰਕੀ ਕੈਟ ਕਰਕੇ ਜਾਣਦੇ, ਮੈਨੂੰ ਪੂਰਾ ਨਾਂ ਨਹੀਂ ਉਹਨਾਂ ਦਾ ਪਤਾ, ਉਹਨਾਂ ਨੇ ਵੀ ਕੋਈ ਬਿਆਨ, ਉਹਨਾਂ ਕੋਲ ਵੀ ਕੋਈ ਜਾਣਕਾਰੀ ਹੈ? ਬਿਆਨ ਹੋਏ ਹੋਣੇ, ਉਹਦੇ ਕੀ ਬਿਆਨ ਹੈ ਕੀ ਨਹੀਂ, ਦੇਖੋ ਜੇ ਉਹ ਚਾਹੇ ਉਹ ਪੁਲਿਸ ਦੇ ਵਿੱਚ ਫਰੈਸ਼ ਕੰਪਲੇਂਟਸ ਦੇ ਸਕਦਾ, ਉਹ ਕਿੱਥੇ ਕੀ ਬਿਆਨ ਕਿਉਂ ਦੇ ਰਿਹਾ ਮੈਨੂੰ ਨਹੀਂ ਪਤਾ। ਠੀਕ, ਮੈਂ ਉਸ ਚੀਜ਼ ਤੇ ਕਮੈਂਟ ਨਹੀਂ ਕਰ ਸਕਦਾ, ਉਹਦੇ ਅੱਡ ਅੱਡ ਬਿਆਨ ਅੱਡ ਅੱਡ ਪ੍ਰੈਸ ਚ। ਕਈ ਵਾਰੀ ਜਿੱਦਾਂ ਪਿੱਛੇ ਜਾ ਤਾਂ ਕਾਫੀ ਲੰਮੇ ਐਪੀਸੋਡ ਵੀ ਟੈਲੀਵਿਜ਼ਨਾਂ ਤੇ ਚੱਲੇ ਸੀਗੇ, ਲੇਕਿਨ ਮੁੜ ਕੇ ਉਹਨਾਂ ਤੇ ਕਿਸੇ ਤੇ ਕਾਰਵਾਈ ਤੇ ਕੋਈ ਹੋਈ ਨਹੀਂ ਗੀ। ਉਹ ਆਪ ਵੀ ਬੈਕ ਆਊਟ ਕਰ ਗਿਆ ਸੀ। ਅੱਛਾ ਜੀ, ਇਸ ਕਰਕੇ ਕੀ ਪਤਾ, ਉਹ ਹਰ ਵਾਰੀ ਬੋਲ ਦਿੰਦਾ ਫਿਰ ਕਹਿੰਦਾ ਮੈਨੂੰ ਐਂ ਕਹਾਤਾ, ਮੇਰੇ ਤੋਂ ਐਂ ਕਹਾਤਾ, ਸੋ ਉਹਦੇ ਤੋਂ ਕੀ ਕਰ ਸਕਦੇ? ਤੁਹਾਡੇ ਪਿਤਾ ਜੀ ਵੀ DGP ਰਹੇ ਆ ਪੰਜਾਬ ਦੇ, ਉਹਨਾਂ ਦੇ ਵੇਲੇ ਜਾਂ ਇਹੋ ਜਿਹੀਆਂ ਕੋਈ ਘਟਨਾਵਾਂ ਜਾਂ ਕੋਈ ਗੱਲਬਾਤ ਆਈ, ਕੋਈ ਕੇਸ ਏਦਾਂ ਦਾ ਵੀ ਆਇਆ ਕਦੇ? ਸਰ ਮੇਰੇ ਫਾਦਰ ਦਾ ਜਦੋਂ ਦਾ ਪਤਾ ਲੱਗਿਆ ਕਿ ਇਸ ਕੇਸ ਨੂੰ ਮੈਂ ਪਰਸਿਊ ਕਰ ਰਿਹਾ, ਮੈਂ ਝੂਠ ਨਹੀਂ ਮਾਰ ਰਿਹਾ, ਮੇਰੇ ਫਾਦਰ ਨੇ ਹਮੇਸ਼ਾ ਮੈਨੂੰ ਇੱਕ ਗੱਲ ਸਿਖਾਈ ਕਿ ਬੇਟੇ ਮੈਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ, ਜੇ ਕੋਈ ਫੱਟੜ ਅੱਤਵਾਦੀ ਵੀ ਹੋ ਗਿਆ ਲੋੜ ਪਈ ਹੈ, ਮੈਂ ਆਪਣਾ ਖੂਨ ਦੇ ਕੇ ਉਹਦੀ ਜ਼ਿੰਦਗੀ ਬਚਾਈ ਹੈ ਬਲੱਡ ਡੋਨੇਟ ਕਰਕੇ। ਅੱਛਾ, ਜਦੋਂ ਦਾ ਪਤਾ ਲੱਗਿਆ ਲੋਕਾਂ ਨੂੰ ਕਿ ਮੈਂ ਉਹਨਾਂ ਦਾ ਬੇਟਾ ਹਾਂ, ਤੇ ਕਿੰਨੇ ਲੋਕ ਜਿਹੜੇ ਰੈਗੂਲਰਲੀ ਮੇਰੇ ਇਨ ਟੱਚ ਸੀਗੇ ਨਾ ਜਾਣਦੇ ਹੋਏ, ਉਹਨਾਂ ਨੇ ਫੋਨ ਕਰਕੇ ਕਿਹਾ ਕਿ ਜੀ ਸਾਨੂੰ ਇਹੋ ਜਿਹੇ ਦਾਗਦਾਰ ਅਫਸਰਾਂ ਨੇ ਕਦੋਂ ਦੇ ਮਾਰ ਦੇਣਾ ਸੀ ਜੇ ਤੁਹਾਡੇ ਫਾਦਰ ਵਰਗੇ ਅਫਸਰ ਜ਼ਮੀਰ ਵਾਲੇ ਇਮਾਨਦਾਰ ਔਰ ਚੰਗੇ ਜਿਉਂਦੇ ਨਾ ਹੁੰਦੇ। ਕਿੰਨਿਆਂ ਨੇ ਮੈਨੂੰ ਆਹ ਗੱਲਾਂ ਆਖੀਆਂ, ਕਿੰਨਾ ਨੇ ਅਸੀਸਾਂ ਦਿੱਤੀਆਂ। ਠੀਕ ਹੈ, ਜਦੋਂ ਕਿਉਂਕਿ ਮੀਡੀਆ ਨਾਲ ਜੁੜੇ ਹੋਣ ਕਰਕੇ ਘਟਨਾ ਵਾਪਰੀ ਸੀਗੀ, ਸ਼ਾਇਦ ਬਲੈਕ ਥੰਡਰ ਸੀਗੀ ਜਦੋਂ 1988, ਹਾਂਜੀ 1988 ਜਦੋਂ ਉਹਨਾਂ ਦੀ ਗੋਲੀ ਵੱਜੀ ਸੀ। ਹਾਂ, ਉਹ ਕੀ ਗੱਲ ਹੋਈ ਸੀ? ਆਪਰੇਸ਼ਨ ਬਲੈਕ ਥੰਡਰ ਜੀ, DIG CRP ਸੀ, ਪੋਸਟਡ ਸੀ ਉੱਥੇ, ਇਹਨਾਂ ਦੇ ਗੋਲੀ ਮਾਰੀ ਗੋਲਡਨ ਟੈਂਪਲ ਦੇ ਅੰਦਰੋਂ, ਇਹਨਾਂ ਦੇ ਗੋਲੀ ਵੱਜਣ ਨਾਲ ਜੋਅ ਸ਼ਾਟਰ ਹੋ ਗਿਆ ਸੀ, ਇਹ ਹਸਪੀਟਲਾਈਜ਼ ਹੋਏ ਸੀ। ਠੀਕ,
ਤੇ ਉਸ ਤੋਂ ਬਾਅਦ CRPF ਇਹ ਹਸਪੀਟਲ 'ਚ ਐਡਮਿਟ ਸੀ ਤੇ CRPF ਐਂਡ ਪੰਜਾਬ ਪੁਲਿਸ ਵੱਲੋਂ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀ ਗੋਲਡਨ ਟੈਂਪਲ ਦੇ ਵਿੱਚ, ਜਿਹਦੇ ਵਿੱਚ ਫਿਰ ਸ਼ਾਇਦ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ, ਅੰਦਰੋਂ ਕਾਫੀ ਡੈਡ ਬੋਡੀਜ਼ ਵੀ ਨਿਕਲੀਆਂ ਸੀ ਔਰ ਕਾਫੀ ਕੁਝ ਹੋਇਆ ਸੀ। ਹੁਣ 8 ਸਾਲ, ਮਤਲਬ ਮੈਂ 8 ਸਾਲ ਦਾ ਸੀ ਉਦੋਂ, ਮੈਨੂੰ ਇਸ ਲਈ ਅੱਛਾ ਡਿਟੇਲਸ ਆਫ ਹੈਂਡ ਨਹੀਂ ਯਾਦ, ਬਟ ਕਾਫੀ ਨਿਕਲਿਆ ਸੀ ਮੇਰੇ ਫਾਦਰ ਦੇ ਗੋਲੀ ਲੱਗਣ ਤੋਂ, ਉਦੋਂ ਤੋਂ ਸ਼ੁਰੂ ਹੋਇਆ ਸੀ ਉਹ ਸਾਰਾ। ਠੀਕ ਹੈ, ਸੋ ਇਹ ਉਸ ਤੋਂ ਬਾਅਦ ਹਸਪੀਟਲਾਈਜ਼ ਹੋ ਗਏ ਸੀ, ਸੋ ਕਈ ਠੀਕ ਹੈ, ਦਿਨ ਕਿਉਂਕਿ ਆਪਰੇਸ਼ਨ ਚੱਲਿਆ ਜਿਹੜਾ ਸੀ ਉਸ ਤੋਂ ਜਿਹੜਾ ਬਾਅਦ। ਦੌਰ ਹੈ ਤੁਹਾਡੇ ਪਿਤਾ ਜੀ DGP ਸੀਗੇ ਉਦੋਂ ਵੀ, ਮਤਲਬ ਜਿਹੜਾ ਪੰਜਾਬ ਦਾ ਮਾਹੌਲ ਆ ਇਹੋ ਜਿਹਾ ਹੀ ਸੀਗਾ, ਮਤਲਬ ਉਸ ਲਈ ਦੇਖੋ ਉਹਨਾਂ ਨੂੰ ਲੈ ਕੇ ਹੀ ਟੈਰਰਿਜ਼ਮ ਨਾਲ ਲੜਨ ਲਈ ਆਏ ਸੀ ਪੰਜਾਬ ਦੇ ਵਿੱਚ, ਔਰ ਮੈਂ ਫਖਰ ਮਹਿਸੂਸ ਕਰਦਾ ਹਾਂ ਉਸ ਚੀਜ਼ ਦੇ ਵਿੱਚ। ਦੋ ਚੀਜ਼ਾਂ ਦਾ ਫਰਕ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਠੀਕ, ਇੱਕ ਅੱਤਵਾਦੀ ਬਾਈ ਚੋਇਸ ਬਣਦਾ ਹੈ, ਠੀਕ ਹੈ, ਕਿ ਮੈਂ ਹਥਿਆਰ ਚੁੱਕਣੇ ਆ ਤੇ ਬੰਦੇ ਮਾਰਨੇ ਆ, ਹਾਂ, ਮੈਂ ਕੋਈ ਪੋਲੀਟੀਕਲ ਪਾਵਰ ਗੇਨ ਕਰਨੀ ਹੈ ਇਸ ਲਈ ਅੱਤਵਾਦੀ ਬਣਨਾ ਹੈ, ਮੈਂ ਸਿਸਟਮ ਦੇ ਖਿਲਾਫ ਆਏ ਜਾਣਾ ਹੈ। ਹਾਂ, ਇੱਕ ਸੁਮੇਧ ਸਿੰਘ ਸੈਣੀ ਵਰਗੇ ਦਾਗਦਾਰ ਕਰਕੇ ਬਣਦਾ ਹੈ, ਠੀਕ, ਕਿ ਸੁਮੇਧ ਸੈਣੀ ਨੇ ਚੁੱਕ ਕੇ ਬੰਦੇ ਮਾਰਤੇ ਟੱਬਰ ਦੇ, ਤੇ ਜਿਹੜਾ ਟੱਬਰ ਦਾ ਫੈਮਿਲੀ ਮੈਂਬਰ ਜਿਹੜਾ ਉਸ ਫੈਮਿਲੀ ਚੋਂ ਬਚਦਾ ਹੈ ਉਹ ਕਹਿੰਦਾ ਹੈ ਕਿ ਯਾਰ ਮੇਰੇ ਨਾਲ ਆ ਧੱਕਾ ਹੋਇਆ, ਮੈਂ ਜਸਟਿਸ ਲਈ ਬਹੁਤ ਧੱਕੇ ਖਾ ਲਏ, ਮੈਂ ਹਥਿਆਰ ਚੁੱਕਾਂ। ਠੀਕ, ਦੋਵੇਂ ਕੇਸਿਸ ਦੇ ਵਿੱਚ ਜਾਂ ਤਿੰਨੋਂ ਕੇਸਿਸ ਦੇ ਵਿੱਚ ਉਹ ਰਾਹ ਹੀ ਨਹੀਂ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ। ਜਿਹੜੇ ਬੰਦੇ ਆਪਣੇ ਆਪ ਨੂੰ ਸਿੰਘ ਕਹਿੰਦੇ ਹੈ, ਸਿੱਖ ਕਹਿੰਦੇ ਹੈ, ਉਹਨਾਂ ਦਾ ਤਾਂ ਰਸਤਾ ਹੀ ਸੇਵਾ ਦਾ ਹੈ, ਲੋਕਾਂ ਲਈ ਜਾਨ ਕੁਰਬਾਨ ਕਰਨ ਦਾ ਹੈ। ਮੇਰਾ ਜਜ਼ਬਾ ਜਾਨ ਲੈਣ ਦਾ ਨਹੀਂ, ਜਾਨ ਦੇਣ ਦਾ ਹੀ ਹੈ ਅੱਜ ਵੀ। ਔਰ ਇਹ ਫਾਦਰ ਤੋਂ ਵੀ ਸਿੱਖਿਆ ਹੈ, ਉਹਨਾਂ ਨੇ ਜਾਨ ਲਈ ਨਹੀਂ ਕਦੇ, ਨਹੀਂ ਬਹੁਤ ਜਿਹਦਾ ਵੀ ਕਦੇ ਜਾਨ ਲਈ ਨਹੀਂ, ਜਿਹਦਾ ਮੀਡੀਆ ਦੇ ਵਿੱਚ ਸਾਨੂੰ ਉਹਦੇ ਸ਼ਿਕੰਜੇ ਦੇ ਵਿੱਚ ਹੀ ਘੇਰਾਂਗੇ ਸੈਨੀ। ਠੀਕ ਹੈ, ਨਹੀਂ ਬਹੁਤ ਬਹੁਤ ਵਧੀਆ ਜਿਹੜਾ ਤੁਸੀਂ, ਮਤਲਬ ਕਿਉਂਕਿ ਇਹ ਤੁਹਾਡੇ ਵਰਗੇ ਨੌਜਵਾਨ ਜਿੱਦਾਂ ਤੁਸੀਂ ਆ, ਹੋਰ ਵੀ ਇਦਾਂ ਦੇ ਜਿਹੜੇ ਅੱਗੇ ਆਉਣਗੇ, ਜਿਹੜਾ ਪੰਜਾਬ ਦਾ ਸਿਸਟਮ ਆ ਜਾਂ ਪੰਜਾਬ ਦੇ ਮਤਲਬ ਜਿਹੜੇ ਲੋਕੇ ਆ, ਉਹਨਾਂ ਨੂੰ ਇੰਨਾ ਡਰਾਇਆ ਹੋਇਆ ਉਹਨਾਂ ਦੇ ਮਨ ਦੇ ਵਿੱਚ, ਜੇ ਦੇਸ਼ ਲਈ ਜਾਂ ਪੰਜਾਬ ਲਈ ਜਿਹੜਾ ਪਿਆਰ ਤਾਂ ਹੀ ਉਹ ਜਾਗੂਗਾ ਜੇ ਤੁਹਾਡੇ ਵਰਗੇ ਲੋਕ ਉਹਨਾਂ ਨੂੰ ਇਨਸਾਫ਼ ਦਿਵਾਉਣਗੇ। ਸਰ ਬਿਲਕੁਲ ਦਵਾਵਾਂਗੇ, ਕਿਉਂ ਨਹੀਂ, ਜ਼ਰੂਰ ਲੜਾਂਗੇ, ਜ਼ਰੂਰ ਉਹਨਾਂ ਦੇ ਹੱਕ ਦੀ ਲੜਾਈ ਲੜਾਂਗੇ, ਕਿਉਂ ਨਹੀਂ, ਸਾਡਾ ਫਰਜ਼ ਵੀ ਹੈ, ਸਾਡਾ ਕਰਮ ਵੀ ਹੈ, ਸਾਡਾ ਧਰਮ ਵੀ ਹੈ। ਹਾਂਜੀ, ਧਰਮ ਤਾਂ ਜਿੱਦਾਂ ਤੁਹਾਨੂੰ ਐਜ ਏ ਨੌਜਵਾਨ ਹੈ ਤੁਸੀਂ ਕਿਹਾ, ਤੁਸੀਂ 8 ਸਾਲ ਦਾ ਹੀ, ਪਰ ਮੂਵਮੈਂਟ ਤਾਂ ਜਿੱਦਾਂ ਜੇ 84 ਜਾਂ 1978 ਜਾਂ 1947 ਤੋਂ ਵੀ ਆਪਾਂ ਕਹਿੰਦੇ ਜੀ ਪੰਜਾਬ ਦੇ ਹੱਕਾਂ ਦੇ ਲਈ ਆ, ਜਾਂ ਜਿੱਦਾਂ ਆਪਾਂ ਗੁਰਬਾਣੀ ਦੇ ਵੀ ਬਹੁਤ ਦਿੱਤੇ ਫਰਮਾਨ ਕੇ ਸੱਚ ਲਈ ਜਿਹੜਾ ਲੜਨਾ ਚਾਹੀਦਾ, ਤੁਹਾਨੂੰ ਇਹ ਜਿਹੜੀ ਮੂਵਮੈਂਟ ਸੀ ਤੁਹਾਡੇ ਮਨ ਦੇ ਵਿੱਚ ਇਹ ਕਿੱਦਾਂ, ਇਹਦਾ ਇਹਦੀ ਪਿਕਚਰ ਕਿੱਦਾਂ ਆ? ਸਰ ਕੋਈ ਵੀ ਮੂਵਮੈਂਟ ਹੋਵੇ ਇਨਸਾਫ ਕੋਰਟ ਰਾਹੀਂ ਜਾਂ ਕਾਨੂੰਨੀ ਤੌਰ ਤੇ ਲੈਣਾ ਹੁੰਦਾ ਹੈ। ਮੰਨ ਲਓ ਸੁਮੇਧ ਸੈਣੀ ਨੇ ਗਲਤ ਕੀਤਾ ਹੈ, ਤੇ ਕੀ ਇਹਦਾ ਮਤਲਬ ਹੈ ਮੈਂ ਉਹਨੂੰ ਚੌਕ 'ਚ ਖੜੇ ਕਰਕੇ ਗੋਲੀ ਮਾਰ ਦੇ ਔਰ ਉਹਨੂੰ ਗੋਲੀ ਮਾਰ ਕੇ ਮੈਨੂੰ ਤਸੱਲੀ ਮਿਲ ਜੂਗੀ ਜਾਂ ਤੁਹਾਨੂੰ ਤਸੱਲੀ ਮਿਲ ਜੂਗੀ? ਮੈਨੂੰ ਅੱਜ ਇਸ ਗੱਲ ਦਾ ਜਵਾਬ ਦਿਓ। ਅੱਜ ਸੁਮੇਧ ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਵਾਓ, ਇਹ ਕੇਸ ਫਾਂਸੀ ਦਾ ਹੈ ਸੁਮੇਧ ਸੈਣੀ ਦੇ ਮੁਲਤਾਨੀ ਵਾਲਾ, ਪਰ ਜੇ ਮੇਰੀ ਚੋਇਸ ਪੁੱਛੋ ਮੈਂ ਉਹਨੂੰ ਫਾਂਸੀ ਦਵਾ ਕੇ ਵੀ ਜੱਜ ਨੂੰ ਕਹੂੰਗਾ ਜਦ ਸਾਹਿਬ ਫਾਂਸੀ ਇਹਦੀ ਜਿੰਨੀ ਪੋਸਟਪੋਨ ਕਰ ਸਕੋ ਕਰੋ, ਤਾਂ ਕਿ ਇਹ ਹਰ ਰੋਜ਼ ਤੜਪੇ, ਇਹਦੀ ਜ਼ਿੰਦਗੀ ਮੌਤ ਤੋਂ ਬੱਤਰ ਹੋਵੇ, ਇਹਦੇ ਕੀਤੇ ਪਾਪ ਇਹਨੂੰ ਤੰਗ ਕਰਨ, ਇਹ ਜੇਲ੍ਹ 'ਚ ਰਾਤਾਂ ਗੁਜ਼ਾਰੇ। ਉਹ ਚੀਜ਼ ਹੈ, ਦੇਖੀਏ ਉਹ ਚੀਜ਼ ਇੱਕ ਐਗਜ਼ਾਮਪਲ ਬਣੇ ਦੂਜਿਆਂ ਵਾਸਤੇ ਕਿ ਅਸੀਂ ਇਹੋ ਜਿਹੀ ਚੀਜ਼ ਨਹੀਂ ਕਰਨੀ। ਇਸ ਕਰਕੇ ਮੇਰੀ ਮਨ ਦੀ ਤਮੰਨਾ ਜੋ ਮਰਜ਼ੀ ਹੋਵੇ, ਮੈਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਹੈ। ਕਾਨੂੰਨ ਤੋੜਨ ਵਾਲੇ ਜਿਹੜੇ ਬੰਦੇ ਹੁੰਦੇ ਆ ਸਰ, ਅੱਜ ਜੇ ਆਪਾਂ ਕਾਨੂੰਨ ਤੋੜ ਕੇ ਇੱਕ ਸਿਸਟਮ ਨਵਾਂ ਕ੍ਰੀਏਟ ਕਰਾਂਗੇ, ਤੇ ਮੈਨੂੰ ਦੱਸੋ ਉਹ ਜਿਹੜਾ ਸਿਸਟਮ ਹੀ ਇੱਕ ਰੈਵੋਲਿਊਸ਼ਨ ਦੇ ਥਰੂ ਕ੍ਰੀਏਟ ਹੋਇਆ, ਕਿ ਉਹ ਸਿਸਟਮ ਦੇ ਅਗੇਂਸਟ ਸੂਨਰ ਔਰ ਲੇਟਰ ਰੈਵੋਲਿਊਸ਼ਨ ਨਵੀਂ ਨਹੀਂ ਆ ਜਾਊਗੀ? ਜਿੱਦਾਂ ਤੁਸੀਂ ਖੂਨ ਖਰਾਬੇ ਨੇ ਕਦੇ ਸੋਲਿਊਸ਼ਨ ਨਹੀਂ ਦਿੱਤਾ, ਸੋਲਿਊਸ਼ਨ ਹਮੇਸ਼ਾ ਲੀਗਲ ਤਰੀਕਿਆਂ ਨਾਲ, ਜਾਇਜ਼ ਤਰੀਕਿਆਂ ਨਾਲ ਲਿਆ ਜਾਂਦਾ, ਔਰ ਸਾਡੇ ਗੁਰੂਆਂ ਨੇ ਵੀ ਸਾਨੂੰ ਆਹੀ ਰਾਹ ਸਿਖਾਇਆ। ਜਿੱਦਾਂ ਤੁਸੀਂ ਆਪ ਹੀ ਕਿਹਾ ਵੀ ਲੋਕ ਕਈ ਵਾਰੀ ਸਤਾਏ ਹੋਏ ਜਿਹੜੇ ਆ ਉਹ ਚੀਜ਼ਾਂ, ਮਤਲਬ ਜਾਂ ਉਹ ਚੱਕ ਲੈਂਦੇ ਆ, ਹਥਿਆਰ ਚੱਕ ਲੈਂਦੇ ਜਾਂ ਹਥਿਆਰਬੰਦ ਜੰਗ ਵੱਲ ਨੂੰ ਉਹ ਤੁਰ ਪੈਂਦੇ ਆ, ਬਹੁਤ ਚਲੋ ਸਰਕਾਰਾਂ ਉਹਨਾਂ ਨੂੰ ਟੈਰੋਰਿਸਟ ਕਹਿੰਦੇ ਆ, ਜਿਹੜੇ ਉਹਨਾਂ ਦੇ ਹਮਾਇਤੀ ਹੁੰਦੇ ਆ ਉਹਨਾਂ ਨੂੰ ਇਨਕਲਾਬੀ ਕਹਿੰਦੇ ਆ, ਉਹ ਖਾੜਕੂ ਕਹਿੰਦੇ ਆ, ਪਰ ਇਹ ਜਿਹੜੀ ਚੀਜ਼ ਜਿੱਦਾਂ ਤੁਸੀਂ ਕਹਿੰਦੇ ਆ ਵੀ ਇਹ ਇਹ ਹੁੰਦੀ ਕਿਉਂ ਆ, ਹੋਣੀ ਨਹੀਂ ਚਾਹੀਦੀ ਸਰ, ਹੋਣੀ ਨਹੀਂ ਚਾਹੀਦੀ। ਮਿਸਗਾਈਡਡ ਯੂਥ ਹੈ, ਮਲਟੀਪਲ ਰੀਜ਼ਨਸ ਨੇ, ਪਾਵਰਟੀ ਹੈ, ਅਨਐਜੂਕੇਸ਼ਨ ਹੈ, ਅਨਇੰਪਲੋਇਮੈਂਟ ਹੈ, ਸਰਕਾਰ ਦੀ ਕਰਪਸ਼ਨ ਹੈ, ਉਹਨਾਂ ਚੀਜ਼ਾਂ ਕਰਕੇ ਪ੍ਰੋਬਲਮ ਆ ਜਾਂਦੀ ਹੈ। ਹੁਣ ਬੰਦੇ ਨੇ ਹਥਿਆਰ ਚੁੱਕ ਲਏ, ਹਾਂਜੀ, ਬਹੁਤ ਵਾਰੀ ਇੱਕ ਸ਼ੇਰ ਦੀ ਸਵਾਰੀ ਵਾਂਗੂ ਹੁੰਦਾ ਹੈ ਕਿ ਇਨਸਾਨ ਮੈਦਾਨੇ ਜਾ ਵੀ ਉਹ ਸ਼ੇਰ ਦੇ ਉੱਤੇ ਚੜ ਕੇ ਲੜਾਈ ਚੜ ਗਿਆ, ਮੁੜ ਕੇ ਨਾ ਤਾਂ ਸ਼ੇਰ ਕੰਟਰੋਲ ਹੋਵੇ, ਨਾ ਉਤਰਿਆ ਜਾਵੇ ਕਿ ਉਤਰ ਕੇ ਤਾਂ ਖਾ ਲੂਗਾ ਸ਼ੇਰ, ਉਹੋ ਜਿਹੇ ਹੁੰਦੇ ਹੈ। ਇਹ ਇਹਨੂੰ ਮੈਦਾਨੇ ਜੰਗ ਸਮਝ ਕੇ ਤੁਰ ਪੈਂਦੇ ਹੈ, ਵਿੱਚ ਰਿਅਲਾਈਜ਼ ਕਰਦੇ ਕਿ ਅਸੀਂ ਗਲਤ ਰਾਹ ਤੇ ਚਲੇ ਗਏ, ਹੁਣ ਵਾਪਸ ਜਾ ਨਹੀਂ ਸਕਾਂਗੇ, ਨਾਲ ਦਿਆਂ ਨੇ ਜਾਣ ਨਹੀਂ ਦੇਣਾ। ਬਹੁਤ ਸਾਰੇ
ਆ ਵਰਦੀਆਂ ਵਾਲਿਆਂ ਦੀਆਂ ਤਸ਼ੱਦਤਾਂ ਕਰਕੇ ਤੰਗ ਆ ਕੇ ਆ ਰਸਤਾ ਲੈ ਲੈਂਦੇ ਆ। ਗੱਲ ਅਲਟੀਮੇਟਲੀ ਆਹੀ ਹੁੰਦੀ ਹੈ ਕਿ ਸਾਨੂੰ ਉਸ ਸਿਸਟਮ ਦੇ ਵਿੱਚ ਰਹਿ ਕੇ ਜੇ ਅਸੀਂ ਲੜਾਂਗੇ, ਵੇਖੋ ਮੈਂ ਅੱਜ ਇਕੱਲਾ ਜੇ ਤੁਹਾਨੂੰ ਲੱਗਦਾ ਲੜ ਰਿਹਾ ਹਾਂ ਤੇ ਮੈਂ ਫਿਰ ਇੱਕ ਗੱਲ ਕਵਾਂਗਾ, ਮੈਂ ਅਕੇਲਾ ਚਲਾ ਥਾ ਜਾਣੇ ਬੇਮੰਜ਼ਿਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਗਿਆ। ਅੱਜ ਜੇ ਮੈਂ ਤੁਹਾਡੇ ਦਰਸ਼ਕਾਂ ਚੋਂ ਮੈਂ ਕਹਿੰਦਾ 1% ਦੇ ਵੀ ਦਿਲਾਂ ਤੇ ਆਪਣੀ ਛਾਪ ਛੱਡ ਜਾ, ਜਿਹੜੇ ਲੋਕੀ ਸਮਝਦੇ ਕਿ ਸਾਨੂੰ ਸਿਸਟਮ ਦੇ ਖਿਲਾਫ ਲੜਨਾ ਹੈ ਔਰ ਕਾਨੂੰਨੀ ਤੌਰ ਤੇ ਲੜਨਾ ਹੈ ਔਰ ਮੇਰੇ ਨਾਲ ਜੁੜਦੇ ਹੈ, 1% ਮੈਂ ਕਹਿੰਦਾ ਮੈਂ ਆਪਣੀ ਗੱਲ ਦੀ ਅੱਜ ਕਾਮਯਾਬੀ ਮਹਿਸੂਸ ਕਰਾਂਗਾ। ਉਹਦਾ ਕਾਰਨ ਇਹ ਕਿਉਂਕਿ ਅੱਜ ਕਾਨੂੰਨ ਦਾ ਡਰ ਹੋਣਾ ਆਪਣੇ ਅੰਦਰ ਬਹੁਤ ਜ਼ਰੂਰੀ ਹੈ, ਕੁਛ ਹੋਰ ਨਹੀਂ। ਸਿਸਟਮ ਸਾਡੇ ਤੋਂ ਹੈ, ਅਸੀਂ ਸਿਸਟਮ ਤੋਂ ਨਹੀਂ ਆ, ਅਸੀਂ ਸਿਸਟਮ ਨੂੰ ਬਣਾਇਆ। ਜੇ ਗਰਕਿਆ ਹੈ ਇਹ ਉਸਾਰਨਾ ਸਾਡੀ ਰਿਸਪੋਂਸਿਬਿਲਿਟੀ। ਜੇ ਤੁਹਾਡੇ ਵਰਗੇ ਨੌਜਵਾਨਾਂ 'ਚ ਇਹ ਸੋਚ ਜਿੱਦਾਂ ਤੁਹਾਡੀ ਹੈ ਇੱਦਾਂ ਆ ਜਾਂਦੀ ਹੈ ਤੇ ਉਹ ਦਿਨ ਦੂਰ ਨੇਗੇ ਜਿਹੜੀ ਚੀਜ਼ ਆਪਾਂ ਚਾਹੁੰਦੇ ਹਾਂ ਹੋ ਵੀ ਸਕਦੀ ਹੈ। ਤੇ ਕੁਲਦੀਪ ਸਿੰਘ ਪੱਡਾ ਸਵੀਡਨ ਤੋਂ ਸਲੂਟ ਭੇਜਦੇ ਆ ਤੁਹਾਨੂੰ ਕਿ ਤੁਹਾਨੂੰ ਜਿਹੜਾ ਤੁਸੀਂ ਕੰਮ ਕੀਤਾ ਉਹਨੂੰ ਸਲੂਟ ਆ। ਸਰ ਬਹੁਤ ਬਹੁਤ ਸ਼ੁਕਰੀਆ, ਪਰ ਇਹਦਾ ਮਤਲਬ ਮੇਰੀ ਗੱਲ ਉਹਨਾਂ ਦੇ ਦਿਲ ਤੇ ਜੱਚ ਗਈ, ਉਹਨਾਂ ਨੂੰ ਜੱਚ ਗਈ, ਉਹਨਾਂ ਦੇ ਦਿਲ ਤੇ ਹਿੱਟ ਕੀਤੀ ਹੈ ਚੰਗੀ ਤਰ੍ਹਾਂ। ਸੋ ਆਈ ਐਮ ਸ਼ੋਰ ਜੇ 1 ਜਣੇ ਨੂੰ ਵੀ ਅਸਰ ਕਰ ਗਈ ਹੋਰਾਂ ਨੂੰ ਵੀ ਕਰ ਚੁੱਕੀ। ਹਾਂਜੀ, ਕਾਫੀ ਜਿਹੜੇ ਕਮੈਂਟ ਆ ਬਹੁਤ ਜਿੱਦਾਂ ਪੋਜ਼ਿਟਿਵ ਆ ਰਹੇ ਆ ਬਈ, ਕਿਉਂਕਿ ਅਕਸਰ ਕੋਈ ਵੀ ਬੰਦਾ ਆ ਇਹ ਤਾਂ ਹੁੰਦਾ ਨੀ ਗਾ ਘਰੋਂ ਜਦੋਂ ਉਹ ਕੋਈ ਰਾਹ ਇੱਦਾਂ ਦਾ ਚੁਣਦਾ ਆ ਅੱਕ ਕੇ ਚੁਣਦਾ, ਦੁਖੀ ਹੋ ਕੇ ਚੁਣਦਾ ਬਈ ਇੱਧਰ ਤਾਂ ਮਰ ਜਾਣਾ ਹੀ ਠੀਕ ਹੈ, ਬਈ ਜੇ ਸਾਨੂੰ ਮਤਲਬ ਜੇ ਪਰਿਵਾਰਾਂ ਨੂੰ ਅਸੀਂ ਰਹਿ ਨੀ ਸਕਦੇ ਉੱਥੇ ਸਾਡਾ ਜੀਣਾ ਦੋ ਭਰ ਕੀਤਾ ਹੋਇਆ ਤਾਂ ਨਹੀਂ। ਗੁਰੂ ਸਾਹਿਬ ਨੇ ਜਿੱਥੇ ਰੱਬ ਕਦੇ ਦਰਵਾਜ਼ੇ ਨਹੀਂ ਬੰਦ ਕਰਦੇ, ਠੀਕ ਅਸੀਂ ਸਿੱਖ ਹਾਂ, ਹਾਂ ਸੇਵਾ ਸਾਡਾ ਧਰਮ ਹੈ, ਠੀਕ ਹੈ। ਐ ਨਾ ਕਹੋ ਕਿ ਰੱਬ ਨੇ ਦਰਵਾਜ਼ੇ ਬੰਦ ਕਰਤੇ, ਕਦੇ ਵੀ ਨਹੀਂ। ਨਹੀਂ ਰੱਬ ਤੇ ਨਹੀਂ ਕਰਦਾ, ਪਰ ਲੋਕੀ ਜਦੋਂ ਉਹਨਾਂ ਦੇ ਜ਼ੁਲਮ ਇੰਨਾ ਹੋ ਜਾਂਦਾ ਹਾਰ ਮੰਨਦੇ ਆ। ਮੈਂ ਟੋਟਲੀ ਐਗਰੀ ਕਰ ਰਿਹਾ, ਉਹ ਕਹਿੰਦੇ ਆ ਨਾ ਹਰਸਿਮਰ, ਮੈਂ ਤਾਂ ਹੀ ਕਿਹਾ ਹਰਸਿਮਰ ਸਿਮਰ ਆਨੰਦ ਕਰ ਨਾਨਕ, ਪੂਰਾ ਟੈਚ ਰਖਾਈ, ਠੀਕ ਰੱਬ ਇੱਜ਼ਤ ਰੱਖਦਾ ਹੈ ਹਰ ਕਦਮ ਤੇ ਰੱਖਦਾ ਹੈ, ਠੀਕ ਹੈ। ਵਿਸ਼ਵਾਸ ਰੱਖੀਏ, ਇਕੱਠੇ ਚੱਲੀਏ, ਇੱਕ ਦੂਜੇ ਦਾ ਸਹਾਰਾ, ਇੱਕ ਦੂਜੇ ਦਾ ਆਸਰਾ ਬਣ ਕੇ ਚੱਲੀਏ, ਔਰ ਸਭ ਤੋਂ ਇੰਪੋਰਟੈਂਟ ਰੱਬ ਵਿੱਚ ਨਹੀਂ ਰੱਬ ਦੀ ਉਮੀਦ ਬਣ ਕੇ ਚੱਲੀਏ। ਰੱਬ ਕਵੇ ਫਖਰ ਨਾਲ ਕਿ ਮੇਰੇ ਬੱਚੇ ਹੈ, ਮੇਰੇ ਬੱਚੇ ਹੈ, ਇਹ ਨਾ ਗਲਤ ਰਾਹ ਤੇ ਗਏ ਹੈ ਨਾ ਜਾਣਗੇ, ਐਂਡ ਆਈ ਐਮ ਪ੍ਰਾਊਡ ਆਫ ਦੈਮ। ਰੱਬ ਕਵੇ। ਭਾਈ ਪ੍ਰਗਟ ਸਿੰਘ ਜੀ ਰਿਵੈਰੋ ਕਾਂਡ ਵਾਲੇ ਜਰਮਨੀ ਤੇ, ਉਹ ਵੀ ਤੁਹਾਨੂੰ ਫਤਿਹ ਬੁਲਾਉਂਦੇ ਆ ਤੇ ਮੇਰੇ ਵੱਲੋਂ ਵੀ ਫਤਿਹ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਇੰਨੀਆਂ ਅਰਦਾਸਾਂ ਕੀਤੀਆਂ, ਜਿਨ੍ਹਾਂ ਦੀਆਂ ਅਰਦਾਸਾਂ ਕਰਕੇ ਅੱਜ ਮੈਂ ਇੱਥੇ ਬੈਠਾ ਸੁਮੇਧ ਸਿੰਘ ਸੈਣੀ ਦੇ ਕੇਸ ਦੇ ਵਿੱਚ, ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਆਈ ਮੀਨ ਮੁਨਾਸਿਬ ਸਮਝ ਰਹੇ ਹੋ, ਕਿੰਨੇ ਵਜੇ ਟਾਈਮ ਹੈ ਤੁਸੀਂ ਰੱਖ ਲਓ ਤੇ ਮੈਂ ਇਸ ਲਈ ਵੀ ਅਦਾਰਾ ਵਾਜੇ ਕੋ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਵੀ ਤੁਹਾਡਾ ਧੰਨਵਾਦ।